ਇੱਕ 2 ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਉਸਦੇ ਮੂੰਹ, ਸਿਰ ਅਤੇ ਬਾਹਾਂ ਦੇ ਉੱਤੇ ਕਈ ਦੰਦ ਮਾਰੇ ਨੇ ਤਾਂ ਕਈ ਥਾਵਾਂ ਦੇ ਉੱਤੇ ਉਸ ਬੱਚੀ ਦੇ ਟਾਂਕੇ ਲੱਗੇ ਨੇ। ਤਾਂ 2 ਸਾਲ ਦੀ ਮਾਸੂਮ ਬੱਚੀ ਜਦੋਂ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਅਵਾਰਾ ਕੁੱਤੇ ਨੇ ਉਸਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਕਈ ਥਾਵਾਂ ਦੇ ਉੱਤੇ ਦੰਦ ਮਾਰੇ ਨੇ। ਹਾਲਾਂਕਿ ਜਦੋਂ ਬੱਚੀ ਜ਼ਮੀਨ ਤੇ ਡਿੱਗ ਕੇ ਰੋਣ ਲੱਗ ਜਾਂਦੀ ਹੈ ਤਾਂ ਉਸ ਸਮੇਂ ਪਰਿਵਾਰਕ ਮੈਂਬਰ ਜਦੋਂ ਬਾਹਰ ਨਿਕਲਦੇ ਨੇ ਤਾਂ ਅਵਾਰਾ ਕੁੱਤੇ ਜੋ ਨੇ ਉਸਨੂੰ ਲਗਾਤਾਰ ਵੱਢਣ ਦੇ ਵਿੱਚ ਲੱਗੇ ਹੁੰਦੇ ਨੇ। ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੱਤਿਆਂ ਨੂੰ ਭਜਾਇਆ ਜਾਂਦਾ ਹੈ ਅਤੇ ਬੱਚੀ ਦੀ ਜਾਨ ਨੂੰ ਬਚਾਇਆ ਗਿਆ, ਜਿਸ ਨੂੰ ਕਿ ਹੁਣ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ 1.5 ਲੱਖ ਰੁਪਏ ਖਰਚਾ ਵੀ ਆ ਗਿਆ। ਤਾਂ 2 ਦਿਨ ਉੱਥੇ ਬੱਚੀ ਰਹੀ ਹੈ ਅਤੇ 1.5 ਲੱਖ ਰੁਪਏ ਖਰਚਾ ਆਇਆ। ਉੱਥੇ ਪਰਿਵਾਰਕ ਮੈਂਬਰਾਂ ਨੇ ਹੁਣ ਪ੍ਰਸ਼ਾਸਨ ਦੇ ਕੋਲ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਅਵਾਰਾ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਹੋਰ ਕਿਸੇ ਨੂੰ ਇਹ ਨਿਸ਼ਾਨਾ ਨਾ ਬਣਾ ਸਕਣ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਦੋਂ ਕਿ ਇੱਕ 2 ਸਾਲ ਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਇੱਕ ਅਵਾਰਾ ਕੁੱਤਾ ਆਉਂਦਾ ਅਤੇ ਉਸਨੂੰ ਵੱਢਣਾ ਸ਼ੁਰੂ ਕਰ ਦਿੰਦਾ। ਕਈ ਥਾਵਾਂ ਦੇ ਉੱਤੇ ਦੰਦ ਮਾਰੇ ਜਾਂਦੇ ਨੇ ਅਤੇ ਬੱਚੀ ਦੇ ਕਈ ਥਾਵਾਂ 'ਤੇ ਟਾਂਕੇ ਵੀ ਲਗਾਏ ਗਏ ਨੇ। ਤਾਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸਨੂੰ ਇਲਾਜ ਦੇ ਲਈ ਹੁਣ ਦਾਖਲ ਕਰਵਾਇਆ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਅਵਾਰਾ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਆਏ ਦਿਨ ਗਲੀ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ, ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਅਤੇ ਡਰ ਦੇ ਸਾਏ ਹੇਠ ਇਹ ਬੱਚੇ ਆਪਣੇ ਘਰ ਦੇ ਬਾਹਰ ਖੇਡ ਰਹੇ ਨੇ। ਤਾਂ ਦੱਸ ਦਈਏ ਕਿ ਜਦੋਂ ਇਹ 2 ਸਾਲ ਦੀ ਬੱਚੀ ਵੀ ਬਾਕੀ ਬੱਚਿਆਂ ਦੇ ਨਾਲ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਇੱਕ ਅਵਾਰਾ ਕੁੱਤਾ ਆਉਂਦਾ ਅਤੇ ਇਸ ਨੂੰ ਵੱਢਣਾ ਸ਼ੁਰੂ ਕਰ ਦਿੰਦਾ। ਮੈਂ ਨਰੇਸ਼ ਕੁਮਾਰ, ਰਾਜਗੜ੍ਹ ਕਲੋਨੀ ਹੈ, ਰਾਜਗੜ੍ਹ ਕਲੋਨੀ ਬੋਨ ਬਰੈਡ ਕੇ ਪਾਸ ਮੇ ਜੀ। ਇੱਧਰ ਪਰਸੋਂ ਹਮਾਰੇ ਜੋ ਸ਼ੁੱਕਰਵਾਰ ਕੋ ਤਕਰੀਬਨ 12:15 ਕੇ ਆਸ ਪਾਸ ਗੁੜੀਆ ਗੇਟ ਕੇ ਬਾਹਰ ਖੇਲ ਰਹੀ ਥੀ ਜਾਂ ਬੈਠੀ ਹੋਈ ਥੀ, ਦੇਖੋ ਜੋ ਵੀ ਹੈ ਇੱਕ ਅਵਾਰਾ ਕੁੱਤਾ ਆਇਆ ਔਰ ਕਾਟ ਕੇ ਚਲਾ ਗਿਆ, ਉਸਕੋ ਗਰਦਨ ਪੇ ਵੀ ਕਾਟਿਆ ਉਸਕੋ ਔਰ ਗਾਲ ਪੇ ਵੀ ਜ਼ਖਮ ਹੈ ਔਰ ਇੱਕ ਟਾਂਗ ਪੇ ਜ਼ਿਆਦਾ ਹੈ, ਜਹਾਂ ਪਰ ਟਾਂਕੇ ਲੱਗੇ ਹੈ ਉਸਕੋ ਹਮ ਹੋਸਪਿਟਲ ਮੇ ਲੈ ਕੇ ਗਏ, ਐਮਰਜੈਂਸੀ ਮੇ ਰੱਖਿਆ 2 ਦਿਨ ਇੱਧਰ ਫੋਰਟਿਸ ਹੋਸਪਿਟਲ ਕੇ ਅੰਦਰ। ਤਕਰੀਬਨ ਹਮਾਰਾ 1.5 ਲੱਖ ਕੇ ਆਸ ਪਾਸ ਖਰਚਾ ਵੀ ਆ ਗਿਆ। ਹਮ ਇਹ ਚਾਹਤੇ ਕਿ ਗਵਰਨਮੈਂਟ ਜਾਂ ਦੇਖੋ ਕਲੋਨੀ ਵਾਈਜ਼ ਕੋਈ ਵੀ ਹੈ ਇਸ ਬਾਰੇ ਕੇਅਰ ਕਰੇ ਕਿ ਜੋ ਅਵਾਰਾ ਕੁੱਤੇ ਬਹੁਤ ਜ਼ਿਆਦਾ ਘੁੰਮ ਰਹੇ ਹੈ, ਇਨਕੀ ਤਰਫ ਕੋਈ ਕਰੇ ਕਿ ਆਜ ਕੋ ਮੇਰਾ ਹਮਾਰਾ ਬੇਟਾ ਕੱਟਿਆ ਹੈ, ਬੇਟੀ ਕੋ ਕੱਟਿਆ ਹੈ, ਕੱਲ੍ਹ ਕਿਸੇ ਹੋਰ ਕਾ ਵੀ ਲੰਬਰ ਆ ਸਕਤਾ ਇਸ ਚੀਜ਼ ਬਾਰੇ। ਮੈਂ ਇਸਕੀ ਤਰਫ ਧਿਆਨ ਦੇਣੇ ਕੀ ਜ਼ਰੂਰਤ ਹੈ, ਦੇਖੋ ਕੋਈ ਵੀ ਹੈ ਕਾਰਵਾਈ ਹੋਈ ਇਸ ਪਰ ਕਿ ਕੱਲ੍ਹ ਕੋ ਕਿਸੀ ਹੋਰ ਬੱਚੇ ਕਾ ਨੁਕਸਾਨ ਨਾ ਹੋਏ, ਜੋ ਹਮਾਰਾ ਹੋ ਗਿਆ ਮਿਡਲ ਫੈਮਿਲੀ ਚਾਹਤੇ ਹੈ, ਇਤਨਾ ਖਰਚਾ ਕੈਸੇ ਕਿਆ ਕਰ ਰਹੇ ਹਮ ਹਮਾਰੇ ਕੋ ਹੀ ਪਤਾ ਹੈ। ਮੈਂ ਦੇਖੋ ਇਤਨਾ ਇਤਨਾ ਪੈਸਾ 1.5 ਲੱਖ ਰੁਪਏ ਕੇ ਆਸ ਪਾਸ 1.5 ਦਿਨ ਕਾ ਬਿੱਲ ਆ ਗਿਆ ਜੀ, ਉਸ ਬਾਰੇ ਕਿਆ ਕਰੇਗਾ ਆਦਮੀ। ਦੇਖੋ ਧਿਆਨ ਦੇਣੇ ਕੀ ਜ਼ਰੂਰਤ ਹੈ ਇਸ ਪਰ, ਜ਼ਿਆਦਾ ਜ਼ਿਆਦਾ ਦੇਖੋ ਕੋਸ਼ਿਸ਼ ਕਰੋ ਕਿ ਆਪਣੇ ਬੱਚੋ ਕੋ ਸੰਭਾਲ ਕੇ ਰੱਖੇ, ਕਿਉਂ ਅਵਾਰਾ ਕੁੱਤੇ ਬਹੁਤ ਜ਼ਿਆਦਾ ਘੁੰਮ ਰਹੇ ਹੈ, ਪਰ ਇਹ ਗਿਣਤੀ ਨਹੀਂ ਹੈ ਜੀ ਕਿਤਨੇ ਅਵਾਰਾ ਕੁੱਤੇ ਘੁੰਮ ਰਹੇ ਹੈ।